ऑडियो वायरल हो रही है मेरे साहब, एक ऑडियो जड़ी वायरल हुई है। नगर निगम के कमिश्नर साहब ने उतना ना कभी फोन चकते ने ना जो उन्होंने कंप्लेंट्स दे लिया फोन, वो कभी कंप्लेंट्स भी अपनी नहीं ले पाते। सर जलंधर के मेयर ने यूनिपोल घोटाले के उपर जरा नाम लगाया दीपक बाली जी का, कि इन्होंने घोटाला किया, सरकार ने भी लिखा गया, मान साहब ने भी लिखा गया, लेकिन कोई उन्होंने कहते कि सुनवाई नहीं हुई। सर स्मार्ट सिटी च 100 करोड़ का घोटाला होया, पेंडिंग पई है, कदों तक आ रही है? कहते हैं 2017 की सरकार पिछली लिया रही थी, हूँ थोड़ी कदों आ रही है, क्योंकि सरकार बने छे ਸਾਡਾ ਜਿਹੜਾ ਸੀਗਾ ਸਰਵੇ ਪੂਰਾ ਹੋ ਚੁੱਕਾ ਅਤੇ ਅਸੀਂ ਉਹ ਪ੍ਰੋਸੈਸ ਚੱਲ ਰਹੇ ਹਾਂ, ਜਲਦੀ ਕਰ ਦਾਂਗੇ, ਜਲਦੀ ਹੋ ਜਾਏਗਾ, ਵਿਦਇਨ ਵੀਕਸ ਹੋ ਜਾਏਗਾ। ਸਰ ਪਰ ਜਿਹੜੇ ਜਲੰਧਰ ਦੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੇ ਉਹ ਤਾਂ ਨਾ ਕਦੀ ਫੋਨ ਚੱਕਦੇ ਨੇ ਨਾ ਜਦੋਂ ਉਹਨੂੰ ਕੰਪਲੇਂਟਸ ਦੇਣੀਆਂ ਫੋਨ, ਉਹ ਕਦੀ ਕੰਪਲੇਂਟਸ ਵੀ ਆਪਣੀਆਂ ਨਹੀਂ ਲੈ ਪਾਉਂਦੇ, ਮੈਨੂੰ ਕਰ ਲਿਆ ਕਰੋ, ਮੈਂ ਚੁੱਕ ਲਿਆ ਕਰਾਂਗਾ, ਮੈਂ ਸਭ ਦੇ ਕੋਸ਼ਿਸ਼ ਕਰਦਾ ਚੁੱਕਣਾ ਫੋਨ, ਪਰ ਉਹਨਾਂ ਨੂੰ ਗੱਲ ਕਰਾਂਗਾ। ਸਰ ਜਲੰਧਰ ਦੇ ਮੇਅਰ ਨੇ ਯੂਨੀਪੋਲ ਘੋਟਾਲੇ ਦੇ ਉੱਪਰ ਜਿਹੜਾ ਨਾਮ ਲਗਾਇਆ ਦੀਪਕ ਬਾਲੀ ਜੀ ਦਾ, ਕਿ ਇਹਨਾਂ ਨੇ ਘੋਟਾਲਾ ਕੀਤਾ, ਸਰਕਾਰ ਨੂੰ ਵੀ ਲਿਖਿਆ ਗਿਆ, ਮਾਨ ਸਾਹਿਬ ਨੂੰ ਵੀ ਲਿਖਿਆ ਗਿਆ, ਲੇਕਿਨ ਕੋਈ ਉਹਨਾਂ ਦੀ ਕਹਿੰਦੇ ਕਿ ਸੁਣਵਾਈ ਨਹੀਂ ਹੋਈ, ਕੋਈ ਗੱਲਬਾਤ ਨਹੀਂ ਹੋਈ। ਦੇਖੋ ਇਸ ਤਰ੍ਹਾਂ ਜੇ ਕਿ ਕਾਫੀ ਦੇਰ ਤੋਂ ਜਿਹੜਾ ਬਹੁਤ ਸਾਰੇ ਸ਼ਹਿਰਾਂ ਦਾ, ਲੁਧਿਆਣਾ ਲੈ ਲਓ, ਅੰਮ੍ਰਿਤਸਰ, ਜਿੱਥੋਂ ਮਰਜ਼ੀ ਲੈ ਲਓ, ਅਸੀਂ ਤਾਂ ਬੇਸਿਕਲੀ ਗੱਲ ਕਰ ਰਹੇ ਹਾਂ, ਚਲੋ ਜਲੰਧਰ ਦੀ ਗੱਲ ਕਰ ਲੈਂਦੇ ਹਾਂ। ਇੱਥੇ ਬੜੇ ਚਿਰ ਤੋਂ ਸਾਡਾ ਬਿਲਕੁਲ ਚੜਿਆ ਨਹੀਂ ਕੋਈ ਪੋਲ ਵਗੈਰਾ, ਪਰਚੀ ਸਿਸਟਮ ਚੱਲਣ ਡਿਆ ਸੀਗਾ ਇੱਥੇ, ਠੀਕ ਹੈ ਨਾ, ਉਦੋਂ ਤੁਸੀਂ ਪਰਚੀ ਸਿਸਟਮ ਚੱਲਦਾ ਸੀ, ਕਿਸੇ ਨੇ ਪੁਆਇੰਟ ਰੇਜ਼ ਨਹੀਂ ਕੀਤਾ, ਅਸੀਂ 1 ਮਹੀਨੇ ਵਾਸਤੇ ਜੇ ਲਗਾਤਾਰ 20% ਵਧਾ ਕੇ, ਅਤੇ ਕੋਈ ਮਾੜੀ ਗੱਲ ਨਹੀਂ ਕੀਤੀ, ਇਹ ਸਟੋਪ ਗੈਪ ਅਪੀਅਰੈਂਸ ਹੈ, ਸਟੋਪ ਗੈਪ ਇਹ ਅਰੇਂਜਮੈਂਟ ਹੈ, ਅਸੀਂ ਅਲਟੀਮੇਟਲੀ ਟੈਂਡਰ ਹੋਏਗਾ ਔਰ ਪ੍ਰੋਪਰ ਤਰੀਕੇ ਨਾਲ ਹੋਏਗਾ। ਜਿਹੜੀ ਸਾਡੀ ਪੁਰਾਣੀਆਂ ਕਮਜ਼ੋਰੀਆਂ ਸੀਗੀਆਂ, ਜਿਵੇਂ ਪਹਿਲਾਂ ਯੂਨੀਪੋਲ ਗਿਣ ਲਈਦੇ ਸੀਗੇ, ਬਾਅਦ 'ਚ ਜਿਹੜੇ ਕੰਸਰਨ ਬੰਦੇ ਹੁੰਦੇ ਸੀਗੇ ਉਹ ਮਰਜ਼ੀ ਨਾਲ ਯੂਨੀਪੋਲ ਘਟਾ ਲੈਂਦੇ ਸੀਗੇ, ਰੇਟਸ ਆਪਣੇ ਘਟਾ ਲੈਂਦੇ ਸੀਗੇ, ਸਾਨੂੰ ਪਤਾ ਲੱਗ ਗਿਆ ਕਿੱਥੇ ਕਿੱਥੇ ਕਮਜ਼ੋਰੀਆਂ ਬੰਦ ਹੋ ਜਾਣਗੀਆਂ, ਇਹ ਘਟਾਲਾ ਕੋਈ ਨਹੀਂ ਗਾ, ਅਸੀਂ ਪੁਰਾਣੇ ਰੇਟ ਨੂੰ 20% ਵਧਾ ਕੇ ਸਿਰਫ ਮਹੀਨੇ ਵਾਸਤੇ ਟੈਂਡਰ ਦਿੱਤਾ, ਕੀ ਮਾੜਾ ਕੀਤਾ, ਇੱਕ ਸਟੋਪ ਗੈਪ ਅਰੇਂਜਮੈਂਟ ਹੈ। ਸਰ ਸਮਾਰਟ ਸਿਟੀ 'ਚ 100 ਕਰੋੜ ਦਾ ਘੁਟਾਲਾ ਹੋਇਆ, ਮੇਅਰ ਸਾਹਿਬ ਨੇ ਪਤਾ, ਦੇਖੋ ਮੇਰੀ ਗੱਲ, ਹਰ ਇੱਕ ਗੱਲ 'ਚ ਘੁਟਾਲਾ ਆਪਾਂ ਨਾ ਦੇਖੀਏ, ਸਮਾਰਟ ਸਿਟੀ 'ਚ ਹੋ ਸਕਦਾ ਜਿਹੜਾ ਕੰਮ ਹੋਇਆ ਉਹ ਬਹੁਤ ਕੁਆਲਿਟੀ ਦਾ ਚੰਗਾ ਨਾ ਹੋਇਆ ਹੋਵੇ, ਕਿਉਂਕਿ ਹੋਇਆ ਤਾਂ ਕੰਟਰੈਕਟ ਦੇ ਹਿਸਾਬ ਨਾਲ ਹੀ ਹੈ, ਹੁਣ ਕੰਟਰੈਕਟ ਵੱਧ ਘੱਟ ਜੇ ਪਹਿਲੀ ਪੁਰਾਣੀ ਸਰਕਾਰਾਂ ਨੇ ਕਰਤਾ ਹੋ ਸਕਦਾ ਕਰਤਾ ਹੋਵੇ, ਅਸੀਂ ਉਹ ਵੀ ਇਨਵੈਸਟੀਗੇਟ ਕਰਾਂਗੇ, ਲੇਕਿਨ ਜਿਹੜੇ ਕੰਮ ਸ਼ੁਰੂ ਹੋਏ ਮੁਕਾ ਲਈਏ, ਇਹ ਮੁਕਾਉਣਾ ਬੜਾ ਲਾਜ਼ਮੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਜਿਹੜੇ ਗਾਂਹ ਟੈਂਡਰ ਆਉਣਗੇ ਅਸੀਂ ਚੰਗੇ ਤਰ੍ਹਾਂ ਇਮਾਨਦਾਰੀ ਨਾਲ ਸਾਰੇ ਦੇ ਸਕੀਏ। ਮੈਂ ਇਹ ਗੱਲ ਕੀਤੀ ਨਹੀਂ ਹੈ, ਕੋਈ ਮੈਂ ਇਹ ਗੱਲ ਕੀਤੀ ਹੈ ਕਿ ਹਰ ਇੱਕ ਗੱਲ 'ਚ ਘੁਟਾਲਾ ਨਾ ਲੱਭਿਆ ਕਰੀ, ਦੇਖੋ ਟੈਂਡਰ ਮੈਂ ਤਾਂ ਲਾਏ ਨਹੀਂ ਗਏ, ਪੁਰਾਣੀ ਸਰਕਾਰ ਨੇ ਟੈਂਡਰ ਲਾਏ ਨੇ, ਹੁਣ ਜੋ ਸਾਨੂੰ ਲੈਗੇਸੀ 'ਚ ਮਿਲਿਆ ਅਸੀਂ ਉਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਗਲੇ ਟੈਂਡਰ ਜਿਹੜੇ ਹੋਣਗੇ ਬਹੁਤ ਵਧੀਆ, ਬਹੁਤ ਸੋਹਣੇ ਤਰੀਕੇ ਨਾਲ ਪਾਰਦਰਸ਼ਕ। ਪਿਛਲੀ ਸਰਕਾਰ ਤੇ ਬਹੁਤ ਕੁਝ ਲੈ ਕੇ ਆ ਰਹੀ ਸੀ, 6 ਮਹੀਨੇ ਤੋਂ ਕੋਈ ਗੱਲ ਨਹੀਂ, 6 ਮਹੀਨੇ ਕੋਲ ਬਹੁਤ ਲੰਬਾ ਟਾਈਮ ਨਹੀਂ ਹੁੰਦਾ, ਪਤਾ ਗੱਲ ਕੀ ਆਪਾਂ ਜੱਜ ਨਾ ਕਰੀਏ, ਇੰਨਾ ਜ਼ਿਆਦਾ ਜੱਜ ਨਾ ਕਰੋ, ਮੇਰੀ ਗੱਲ ਸੁਣੋ ਇੰਨਾ ਜ਼ਿਆਦਾ ਜੱਜ ਨਾ ਕਰੋ ਸਾਨੂੰ, ਅਸੀਂ ਅੱਜ ਵੀ ਬੈਠੇ ਬਣਾ ਰਹੇ ਜੇ ਪਾਲਸੀਆਂ, ਅੱਜ ਵੀ ਸਾਡੇ ਅਫਸਰ ਬੈਠੇ ਨੇ ਜਿਹੜੇ ਪਾਲਸੀਆਂ ਤੇ ਕੰਮ ਕਰ ਰਹੇ ਨੇ, ਤੁਸੀਂ ਸੈਟ ਕਰੋ, ਉਹਨੂੰ ਪਾਰਟੀ ਹਾਈਕਮਾਂਡ ਦੇਖ ਲੈਗੀ, ਕੋਈ ਗੱਲ ਨਹੀਂ, ਦੇਖ ਲੈਗੀ, ਹਾਲੇ ਕੋਈ ਸਾਨੂੰ ਮਿਲੀ ਨਹੀਂ ਡਿਸਕਸ਼ਨ ਗਰਾਂਟ, ਤੁਸੀਂ ਵਿਦਇਨ 2-3 ਮੰਥਸ ਵੇਖੋਗੇ ਸੀਵਰ ਨਵਾਂ ਪੈ ਜਾਏਗਾ, ਪਾਣੀ ਜਿਹੜਾ ਖੜਾ ਬਾਹਰ ਨਿਕਲ ਜਾਏਗਾ, ਜਿਹੜੇ ਪਲੋਟ ਨਹੀਂ ਵਿਕਣੇ ਉਹ ਵਿਕਣੇ ਸ਼ੁਰੂ ਹੋ ਜਾਣਗੇ, 120 ਫੁੱਟ ਦੀ ਸੜਕ ਨਿਕਲ ਰਹੀ ਹੈ, ਉਹ ਨਿਕਲੇਗੀ, ਤੁਸੀਂ ਇੰਪਰੂਵਮੈਂਟ ਦੇਖੋਗੇ, ਟਾਈਮ ਬਹੁਤ ਹੋਏ।